ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ 2022 ਦੀ ਵਿਧਾਨ ਸਭਾ ਚੋਣਾਂ ਨੂੰ ਹੁਣ ਜਿਆਦਾ ਸਮਾਂ ਨਹੀਂ ਰਹਿ ਗਿਆ ਤੇ ਹਰ ਪਾਰਟੀ ਆਪਣੇ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤੇ ਭਾਜਪਾ ਦੇ ਲਈ ਜਿਸ ਤਿੱਕੇ ਨਾਲ ਮੁਸੀਬਤਾਂ ਦਾ ਦੌਰ ਚੱਲ ਰਿਹਾ ਹੈ ਅੱਜ ਇੱਕ ਹੋਰ ਵੱਡੀ ਮੁਸੀਬਤ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬਰਨਾਲੇ ਦੇ ਵਿੱਚ ਭਾਜਪਾ ਦੀ ਜਿਹੜੀ ਸਾਰੀ ਜਿਹੜੀ ਲੀਡਰਸ਼ਿਪ ਹੈ ਜੋ ਕਾਂਗਰਸ ਦੇ ਨਾਲ ਹੋ ਗਈ ਹੈ ਤੇ ਕੇਵਲ ਸਿੰਘ ਟਿਲੋ ਵੱਲੋਂ ਉਹ ਜਿਹੜੇ ਭਾਜਪਾ ਦੇ ਆਗੂ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਸਾਡੇ ਨਾਲ ਖੁਦ ਕੇਵਲ ਸਿੰਘ ਟਿਲੋ ਹੈ ਟਿਲੋ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਟਿਲੋ ਸਾਹਿਬ ਜਿਆਦਾ ਸਮਾਂ ਨਹੀਂ ਰਹਿ ਗਿਆ 2022 ਦੀ ਚੋਣਾਂ ਨੂੰ ਤੇ ਲਗਾਤਾਰ ਜਿਹੜੀ ਪਾਰਟੀਆਂ ਹਰ ਕੋਸ਼ਿਸ਼ ਜਿਹੜੀ ਕਰ ਰਹੀ ਹੈ ਕਾਂਗਰਸ ਦੇ ਵਿੱਚ ਅੱਜ ਕਾਫੀ ਤੁਹਾਨੂੰ ਜਿਆਦਾ ਜਿਹੜਾ ਮਜ਼ਬੂਤੀ ਮਿਲੀ ਕਿਉਂਕਿ ਭਾਜਪਾ ਦੇ ਜਿਹੜੇ ਆਗੂ ਹੈ ਉਹ ਤੁਹਾਡੇ ਅੱਜ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਕਿੰਨਾ ਵੱਡਾ ਤੁਸੀਂ ਇਸ ਨੂੰ ਮੰਨਦੇ ਹੋ ਕਿ 2022 ਦੀ ਚੋਣਾਂ ਦੇ ਵਿੱਚ ਕਾਫੀ ਲਾਈ ਬੰਦ ਹੋਏਗਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਅਰ ਸਾਰੇ ਪੰਜਾਬੀਆਂ ਨੂੰ ਸਾਰੇ ਜਿੰਦੇ ਵੀ ਇੱਧਰ ਤੇ ਬਾਹਰ ਵੱਸਦੇ ਨੇ ਅੱਜ ਇਹ ਸ਼ੁਭ ਦਿਹਾੜੇ ਤੇ ਵਿਸਾਖੀ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਲੱਖ ਲੱਖ ਵਧਾਈ ਦਿਨਾ ਬਹੁਤ ਖੁਸ਼ੀ ਦਾ ਦਿਹਾੜਾ ਔਰ ਉਦੋਂ ਵੀ ਵੱਡੀ ਖੁਸ਼ੀ ਆ ਜੇ ਹੋ ਰਹੀ ਆ ਕਿ ਬਰਨਾਲੇ ਤੋਂ ਜਿਹੜੇ ਬੀਜੇਪੀ ਦਾ ਸਮੁੱਚੀ ਲੀਡਰਸ਼ਿਪ ਆ ਜਿੱਦੇ ਚ ਉਹਨਾਂ ਦੇ ਕਾਉਂਸਲਰ ਜਿਹਨੇ ਜੁਵਾ ਪ੍ਰਧਾਨ ਸਾਫ ਕਾ ਜੁਵਾ ਪ੍ਰਧਾਨ ਮੰਡਲ ਪ੍ਰਧਾਨ ਸਾਰੇ ਅੱਜ ਆਪਾਂ ਨੂੰ ਕਾਂਗਰਸ ਨੂੰ ਜੁਆਇਨ ਕਰ ਰਿਹਾ ਕਰ ਕਿਉਂ ਰਹੇ ਨੇ ਇਸ ਕਰਕੇ ਕਰ ਰਹੇ ਨੇ ਕਿ ਜਿਹੜੀਆਂ ਕੇਂਦਰ ਦੀਆਂ ਬੀਜੇਪੀ ਸਰਕਾਰ ਦੀਆਂ ਕਿਸਾਨ ਮਾਰੂ ਪਾਲਸੀਆਂ ਨੇ ਤਿੰਨੇ ਬੇਲਾ ਉਹਦਾ ਆਪਾਂ ਹੌਲੀ ਹੌਲੀ ਜਿਹੜਾ ਦੇਖਦੇ ਆ ਰਹੇ ਆ ਇੰਨੇ ਚਿਰ ਦਾ ਜਿਵੇਂ ਹੁਣ ਅੱਜ ਮੰਡੀਆਂ 'ਚ ਫਸਲ ਆਈ ਆ ਪਰ ਜਿਹੜੇ ਕਿਸਾਨ ਲੋਕ ਨੇ ਉਹ ਬੇਚਾਰੇ ਬਾਡਰਾਂ ਤੇ ਦਿੱਲੀ ਬੈਠੇ ਆ ਜੇ ਮੰਡੀ 'ਚ ਤੁਹਾਡੀ ਵਿਕੂਗੀ ਤੁਹਾਡੀ ਜਿੰਸ ਤਾਂ ਤੁਸੀਂ ਪੈਸਾ ਲੈ ਕੇ ਜਾਓਗੇ ਤੁਸੀਂ ਬਾਜ਼ਾਰ 'ਚ ਜਾਓਗੇ ਤੁਸੀਂ ਬੱਚਿਆਂ ਲਈ ਕੱਪੜਾ ਖਰੀਦੋਗੇ ਕੋਈ ਦਵਾਈ ਪਾਣੀ ਖਰੀਦੋਗੇ ਕੋਈ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਉਹਦੇ ਵਿੱਚ ਤੁਸੀਂ ਪੈਸਾ ਜੇ ਕਿਸਾਨ ਕੋਲੇ ਪੈਸਾ ਆਊਗਾ ਆਪਣਾ ਕਿਸਾਨੀ ਜਿਹੜਾ ਸੂਬਾ ਹੈਗਾ ਕਿਸਾਨੀ ਪ੍ਰਧਾਨ ਆ ਆਪਾਂ ਨੂੰ ਇਨਕਮ ਦਾ ਤੇ ਇਕਨੋਮੀ ਦਾ ਜਿਹੜਾ ਵੱਡਾ ਕੰਮ ਆ ਆਪਣਾ ਕਿਸਾਨੀ ਦੇ ਉੱਪਰ ਨਿਰਭਰ ਆ ਜਦੋਂ ਕਿਸਾਨ ਹੀ ਸਾਡੇ ਵਿਚਾਰੇ ਦਿੱਲੀ ਬੈਠੇ ਆ ਮੰਡੀਆਂ ਚ ਉਹਨਾਂ ਦੀ ਕਣਕ ਆਈ ਆ ਤੇ ਉਹ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਪੈਸਾ ਨਹੀਂ ਆ ਰਿਹਾ ਪਹਿਲਾਂ ਤਾਂ ਨੋਟਬੰਦੀ ਨੇ ਇਹਨਾਂ ਨੇ ਖਤਮ ਕਰਤਾ ਜਿਹੜਾ ਵਪਾਰ ਦਾ ਕੰਮ ਸੀਗਾ ਫਿਰ GST ਨੇ ਖਤਮ ਕਰਤਾ ਔਰ ਹੁਣ ਉਸ ਤੋਂ ਬਾਅਦ ਜਿਹੜਾ ਕਿਸਾਨੀ ਇਹ ਸੰਘਰਸ਼ ਦੇ ਵਿੱਚ ਇਹ ਅੱਜ ਜਿਹੜੇ ਵਪਾਰ ਮੰਡਲ ਤੋਂ ਸਾਰੇ ਲੋਕ ਆਏ ਆ ਇਹਦੇ ਵਿੱਚ ਕਰਿਆਨੇ ਦੇ ਵਪਾਰ ਦੇ ਮੰਡਲ ਮੰਡਲ ਦੇ ਵੀ ਪ੍ਰਧਾਨ ਨੇ ਇਹਦੇ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਵੀ ਆ ਇਹਦੇ ਵਿੱਚ ਪ੍ਰਾਪਰਟੀ ਦੇ ਵੀ ਆ ਇਹਦੇ ਵਿੱਚ ਸਾਰੇ ਜਿੰਨੇ ਵੀ ਵਪਾਰ ਦੇ ਇੱਥੇ ਆਏ ਨੇ ਇਹ ਕਹਿ ਰਹੇ ਨੇ ਕਿ ਸਾਨੂੰ ਬਹੁਤ ਤੰਗੀ ਹੈ ਜੀ ਅਸੀਂ ਤਾਂ ਹੁਣ ਅੱਕ ਕੇ 4 ਸਾਲ ਦੇਖ ਲਿਆ ਇਸ ਬੀਜੇਪੀ ਸਰਕਾਰ ਨੂੰ ਅਸੀਂ ਸਾਡੇ ਪਾਲਿਸੀਆਂ ਜਿਹੜੀਆਂ ਇਹ ਲੋਕ ਮਾਰੂ ਆ ਸਾਡੇ ਬਿਜ਼ਨਸ ਬੰਦ ਹੋ ਗਏ ਅਸੀਂ ਕੰਗਾਲ ਹੋਣ ਦੇ ਕਗਾਰ ਤੇ ਆਏ ਵੇ ਆ ਖਤਮ ਹੋਇਆ ਪਿਆ ਕੰਮ ਅੱਜ ਦੁਖੀ ਹੋ ਕੇ ਲੋਕੀ ਆਏ ਆ ਇਹਨਾਂ ਨੂੰ ਕਾਂਗਰਸ ਸਰਕਾਰ ਤੋਂ ਖਾਸ ਕਰਕੇ ਪਰਣਾਲੇ ਅੱਜ ਕਿਉਂ ਇਹਨਾਂ ਨੇ ਜੁਆਇਨ ਕੀਤਾ ਕਿ ਇਹਨਾਂ ਨੇ ਪਿਛਲੇ 4 ਸਾਲ ਦੀ ਸਰਕਾਰ ਵੇਲੇ ਦੇਖਿਆ ਕਿ ਇੰਨਾ ਪੀਸਫੁਲ ਇੱਕ ਵੀ ਇਨਸਾਨ ਨਾਲ ੱਟਕਾ ਨਹੀਂ ਹੁੰਦਾ ਅਸੀਂ ਵਪਾਰੀ ਵਰਗ ਦੀ ਕਦਰ ਕਰਦੇ ਹਾਂ ਅਸੀਂ ਸਾਰੇ ਵਰਗਾਂ ਦੀ ਕਦਰ ਕਰਦੇ ਹਾਂ ਅੱਜ ਹੁਣ ਜੇ ਮੰਡੀਆਂ ਦੇ ਵਿੱਚ ਵੀ ਕੈਪਟਨ ਸਾਹਿਬ ਨੇ ਜਿਹੜਾ ਆੜਤੀਆਂ ਦਾ ਇੰਨਾ ਰੌਲਾ ਪੈ ਰਿਹਾ ਸੀ ਸੈਂਟਰ ਵਾਲਿਆਂ ਦਾ ਕਾਨੂੰਨ ਕਰਤਾ ਕਿ ਆੜਤੀਆਂ ਨੂੰ ਬਾਹਰ ਕੱਢ ਦਿਓ ਕੈਪਟਨ ਸਾਹਿਬ ਨੇ ਕਿਹਾ ਬਿਲਕੁਲ ਨਹੀਂ ਕਰਨਾ ਕਿ ਆੜਤੀਆਂ ਔਰ ਜਿਹੜਾ ਇਹ ਕਿਸਾਨਾਂ ਦਾ 100 ਸਾਲ ਦਾ ਰਿਸ਼ਤਾ ਜਿਵੇਂ ਕਹਿੰਦੇ 9 ਮਾਸ ਦਾ ਰਿਸ਼ਤਾ ਤੇ ਜਿਵੇਂ ਏਟੀਐਮ ਪੈਸੇ ਲੈਣਾ ਅੱਜ ਵੀ ਉਹਨਾਂ ਨੇ ਕਹਿਤਾ ਕਿ ਨਹੀਂ ਡਾਇਰੈਕਟ ਪੇਮੈਂਟ ਹੋਏਗੀ ਕੈਪਟਨ ਸਾਹਿਬ ਨੇ ਹੋਏਗੀ ਡਾਇਰੈਕਟ ਪਰ ਨਾਲ ਆੜਤੀਆਂ ਦੀ ਐਸੋਸੀਏਸ਼ਨ ਹੋਏਗੀ ਨਾਲ ਆੜਤੀਆਂ ਦੇ ਥਰੂ ਜਾਏਗਾ ਔਰ ਅਸੀਂ ਪੰਜਾਬ ਸਰਕਾਰ ਵੱਲੋਂ ਵੀ ਦੇਣਾ ਪਵੇ ਆੜਤੀਆਂ ਨੂੰ ਕਮਿਸ਼ਨ ਦੇਵਾਂਗੇ ਔਰ ਆੜਤੀਏ ਮੰਡੀਆਂ ਚੋਂ ਮਾਲ ਮੈਨੇਜਮੈਂਟ ਕਰਨਗੇ ਆੜਤੀਏ ਸਾਫ਼ ਕਰਕੇ ਅੱਗੇ ਮਾਲ ਨੂੰ ਦੇਣਗੇ ਸੋ ਇਸ ਤਰ੍ਹਾਂ ਕਰਕੇ ਜਿਹੜੇ ਕੈਪਟਨ ਸਾਹਿਬ ਦੀ ਸਰਕਾਰ ਦੇ ਜਿਹੜੇ ਹੁੰਦੀ ਆ ਪਾਲਿਸੀਆਂ ਨੇ ਉਹ ਲੋਕਾਂ ਦੇ ਹਿੱਤ ਚ ਜਿਹੜੇ ਸੈਂਟਰ ਸਰਕਾਰ ਦੀਆਂ ਪਾਲਿਸੀਆਂ ਨੇ ਉਹ ਲੋਕਾਂ ਦੇ ਲੋਕ ਮਾਰੂ ਆ ਲੋਕੋ ਤੋਂ ਤੰਗ ਆ ਕੇ ਅੱਜ ਐਡੀ ਵੱਡੀ ਗੈਂਟੀ ਦੇ ਵਿੱਚ ਜਿਵੇਂ ਕਾਉਂਸਲਰ ਹੋ ਗਏ ਸਾਰੇ ਲੋਕੀ ਸਾਨੂੰ ਕਿਉਂ ਕਰ ਰਹੇ ਨੇ ਇਹ ਅੱਜ ਅਸੀਂ ਇੱਥੇ ਕਿਉਂ ਇੱਥੇ ਰੱਖਿਆ ਤੁਹਾਨੂੰ ਮੀਡੀਆ ਨਾਲ ਕੀ ਕਰਨਾ ਚਾਹੁੰਦੇ ਆ ਕਿ ਸੂਬੇ ਦਾ ਮੀਡੀਆ ਔਰ ਹਿੰਦੁਸਤਾਨ ਦਾ ਮੀਡੀਆ ਚ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਲੋਕ ਮਾਰੂ ਨੀਤੀਆਂ ਨੇ ਸੈਂਟਰ ਸਰਕਾਰ ਦੀਆਂ ਇਹ ਲੋਕ ਬਹੁਤ ਦੁਖੀ ਨੇ ਇਹਦੇ ਵਿੱਚ ਸਿਰਫ ਇਹ ਅੱਜ ਬਰਨਾਲੇ ਦੀ ਗੱਲ ਹੀ ਨਹੀਂ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਹਰੇਕ ਇਕ ਸੋਸਤਾਰਾਂ ਇਲਾਕੇ ਆ ਜਾਂ ਜਿਹੜੇ ਇੱਕ ਜ਼ਿਲ੍ਹੇ ਦੇ ਵਿੱਚ ਇਹ ਸਾਰੇ ਇਸ ਤਰ੍ਹਾਂ ਦੇ ਲੋਕੀ ਇਹਨਾਂ ਬਲਾਕ ਸਾਰੇ ਜਮਾ ਆਪਣੇ ਉੱਪਰ ਜੁਆਇਨ ਕਰ ਗਏ ਕਿ ਕਾਂਗਰਸ ਦੇ ਪਿਛਲੇ 4 ਸਾਲ ਚ ਦੇਖਿਆ ਜਿਵੇਂ ਅਸੀਂ ਬਰਨਾਲੇ ਦੇ ਵਿੱਚ ਅਸੀਂ ਹੁਣ ਨਵਾਂ ਹਸਪਤਾਲ ਲੈ ਕੇ ਆ ਰਹੇ ਹਾਂ ਲੋਕਾਂ ਦੇ ਲਈ ਅਸੀਂ ਇੱਕ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲੈਂਟ ਬਣਾਇਆ 107 ਕਰੋੜ ਦਾ ਕਪਟਨ ਸਾਹਿਬ ਦੀ ਸਰਕਾਰ ਵਲੇ ਸੜਕਾਂ ਦਾ ਗਲੀਆਂ ਨਾਲੀਆਂ ਦਾ ਅਸੀਂ ਕੋਈ ਵਿਕਾਸ ਵਾਲੀ ਕਸਰ ਨਹੀਂ ਛੱਡੀ ਇਸੇ ਕਰਕੇ ਸਾਨੂੰ ਨਗਰ ਕੌਂਸਲ ਦੇ ਵਿੱਚ ਜਿਵੇਂ ਢਣੋਲੇ ਦੇ ਵਿੱਚ ਇੱਥੇ ਪ੍ਰਧਾਨ ਜੀ ਆਇਆ ਹੁਣ ਸਾਡੇ ਆਪਣੇ ਚੇਅਰਮੈਨ ਆਇਆ ਮਾਰਕੀਟ ਕਮੇਟੀ ਦੇ ਉਹਨਾਂ ਸਾਰਿਆਂ ਨੂੰ ਪਤਾ ਵੀ 13 ਦੇ ਵਿੱਚੋਂ 12 ਸਾਡੀਆਂ ਨਰੋਲ ਔਰ ਬਰਣਾਲੇ ਦੇ ਵਿੱਚ ਪਹਿਲੀ ਦਫਾ ਸਾਨੂੰ ਐਬਸੋਲਿਊਟ ਮжоਰਿਟੀ ਸਾਨੂੰ 17 ਸੀਟਾਂ ਸੀ ਜਿੱਤੀਆਂ ਨੇ ਢਿੱਲੋਂ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਇਹ ਜਿਹੜੀ ਸਿੱਧੀ ਅਦਾਇਗੀ ਵਾਲੀ ਅੱਜ ਇੱਕ ਹੋਰ ਜਿਹੜਾ ਕਿਆ ਗਿਆ ਹੈ ਕਿ ਜਿਹੜੇ ਠੇਕੇ ਤੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਵੀ ਸਿੱਧੀ ਅਦਾਇਗੀ ਜਿਹੜੀ ਹੈ ਉਹ ਹੋਏਗੀ ਤੇ ਪਹਿਲਾਂ ਖੱਸ਼ੇ ਸੀਗੇ ਕਿ ਉਹਨਾਂ ਦਾ ਕਿਸੇ ਦੇ ਦੇਖਭਾਲ ਹੋਏਗੀ ਅੱਜ ਪਿਊਸ਼ ਗੋਇਲ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਠੇਕੇ ਤੇ ਜਿਹੜੇ ਕਿਸਾਨ ਕੰਮ ਕਰਦੇ ਉਹਨਾਂ ਦੇ ਵੀ ਸਿੱਧੇ ਜਿਹੜੀ ਹੈ ਖਾਤੇ ਦੇ ਵਿੱਚ ਜਿਹੜੀ ਅਦਾਇਗੀ ਕੀਤੀ ਨਹੀਂ ਉਹਨਾਂ ਨੇ ਕਰਤਾ ਦਿੱਤਾ ਪਰ ਕੈਪਟਨ ਸਾਹਿਬ ਨੇ ਕਹਿਤਾ ਕਿ ਜੋ ਵੀ ਮੰਡੀ ਤੇ ਅਨਾਜ ਆਏਗਾ ਮੰਡੀ ਚ ਆਏਗਾ ਔਰ 8 ਤਿਆਦੇ ਥਰੂ ਹੋਏਗਾ ਜੇ ਡਾਇਰੈਕਟ ਪੇਮੈਂਟ ਹੋਵੇ ਪਰ 8 ਤਿਆਦੇ ਨਾਲ ਉਹਨੂੰ ਪੁੱਛ ਕੇ ਤਾਂ ਪੇਮੈਂਟ ਪਾਈ ਜਾਏਗੀ ਅੱਛਾ ਇੱਕ ਹਟਕੀਕ ਸਵਾਲ ਹੈਗਾ ਪੰਜਾਬ ਦੇ ਵਿੱਚ ਪੈਪਸੀ ਨੂੰ ਲਿਆਉਣ ਵਾਲੇ ਕੇਵਲ ਸਿੰਘ ਢਿੱਲੋ ਸੀਗੇ ਟਰੇਡਰਸ ਦਾ ਤੁਸੀਂ ਕੰਮ ਕੀਤਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਅਗਰ ਗੱਲ ਕਰੀਏ ਭਾਵੇਂ GST ਨੇ ਮਾਰਿਆ ਜਾਂ ਨੋਟਬੰਦੀ ਦੀ ਜਿਹੜੀ ਤੁਸੀਂ ਗੱਲ ਵੀ ਕਰ ਰਹੇ ਹੋ ਵਪਾਰੀ ਵਰਗ ਕਿਉਂ ਖੁਸ਼ ਨਹੀਂ ਹੈ ਵਪਾਰੀ ਵਰਗ ਇਸ ਕਰਕੇ ਖੁਸ਼ ਨਹੀਂ ਜੀ ਮੈਂ ਦੱਸ ਰਿਹਾ ਕਿ ਵਪਾਰ ਦਾ ਜਿੱਦੋ ਕਿਸਾਨੀ ਆਪੜਾ ਪੰਜਾਬ ਤਾਂ ਕਿਸਾਨੀ ਸੂਬਾ ਜਦੋਂ ਕਿਸਾਨ ਖੁਸ਼ਹਾਲ ਹੋਏਗਾ ਤਾਂ ਸਾਰਾ ਪੰਜਾਬ ਖੁਸ਼ਹਾਲ ਹੋਏਗਾ ਕਿਸਾਨ ਕੋਲੇ ਪੈਸਾ ਆਏਗਾ ਉਹ ਬਾਜ਼ਾਰ ਦੇ ਵਿੱਚ ਜਾਏਗਾ ਉਹ ਆਪਣੇ ਬੱਚਾ ਲਈ ਕੱਪੜਾ ਖਰੀਦੇਗਾ ਬੱਚਾ ਲਈ ਕਾਪੀ ਪੈਨਸਲ ਖਰੀਦੇਗਾ ਬੱਚਾ ਕਿਸੇ ਆਪਦੇ ਬਜ਼ੁਰਗ ਲਈ ਦਵਾਈ ਖਰੀਦੇਗਾ ਜਦੋਂ ਕਿਸਾਨੀ ਤਾਂ ਆਪਣੇ ਜਿਹੜੇ ਕਿਸਾਨ ਆ ਉਹ ਤਾਂ ਵਿਚਾਰੇ ਬੈਠੇ ਆ ਬਾਰਡਰਾਂ ਤੇ ਤਾਂ ਆਪਣਾ ਜਿਹੜਾ ਸੂਬਾ ਹੈਗਾ ਉਹ ਵਪਾਰ ਜਿਹੜਾ ਹੈਗਾ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਇਹ ਸਰਕਾਰ ਦੇ ਮੈਨੂੰ ਸਮਝ ਨਹੀਂ ਲੱਗਦੀ ਪਹਿਲਾਂ ਬਿਲਕੁਲ ਖਤਮ ਕਰਤਾ ਵਪਾਰੀ ਨੂੰ ਜਦੋਂ ਉਹਨਾਂ ਨੇ ਨੋਟਬੰਦੀ ਕੀਤੀ ਹੈ ਫਿਰ GST ਕਰਕੇ ਬਿਲਕੁਲ ਖਤਮ ਕਰਤਾ ਤੇ ਹੁਣ ਆ ਜਿਹੜਾ ਕਿਸਾਨੀ ਬਿਲਾਾਂ ਦੇ ਨਾਲ ਕਰਕੇ ਆਪਣੇ ਕਿਸਾਨ ਜਿਹੜਾ ਪੰਜਾਬੀ ਸੂਬਾ ਉਹਨੂੰ ਬਿਲਕੁਲ ਇਹਨਾਂ ਨੇ ਜਿਹੜੀ ਇਕਨੋਮੀ ਆ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਕੋਈ ਕਸਰ ਨਹੀਂ ਛੱਡੀ ਜੇ ਸਾਡੀ ਕੋਈ ਪੇਮੈਂਟ ਵੀ ਡਿਊ ਆ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਵਿੱਤ ਮੰਤਰੀ ਸਾਹਿਬ ਜ਼ੋਰ ਲਾਉਂਦੇ ਆ ਵੀ ਸਾਡੀ ਜਿਹੜੀ GST ਡਿਊ ਆ ਤਾਂ ਸਾਨੂੰ ਦੇ ਦਿਓ ਸਾਨੂੰ ਜਿਹੜਾ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਤਾਂ ਦੇ ਦਿਓ ਉਹ ਇੰਨਾ ਇੰਨਾ ਵਿਤਕਰਾ ਕਰਦੇ ਆ ਕਿ ਸਟੇਟਾਂ ਦੇ ਨਾਲ ਮੈਨੂੰ ਸਮਝ ਨਹੀਂ ਲੱਗਦੀ ਵੀ ਸਰਕਾਰ ਜਿਹੜੀ ਹੁੰਦੀ ਆ ਉਹ ਸਾਰੇ ਹਿੰਦੁਸਤਾਨ ਲਈ ਆ ਅੱਜ ਜਿਹੜੇ ਵਪਾਰੀ ਇਕੱਠੇ ਹੋਏ ਆ ਇੱਥੇ ਇਹ ਦੁਖੀ ਹੋਏ ਸੈਂਟਰ ਗਵਰਨਮੈਂਟ ਦੇ ਪਾਲਿਸੀਆਂ ਤੋਂ ਦੁਖੀ ਹੋ ਕੇ ਅੱਜ ਇਕੱਠੇ ਹੋਏ ਆ ਤਲੋਸਾ ਮੇਰਾ ਆਖਰੀ ਸਵਾਲ ਤੁਹਾਡੇ ਤੋਂ 2022 ਦੀ ਚੋਣਾਂ ਦੇ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਨਾਲ ਹੁਣ ਇੱਕ ਚੌਥਾ ਫਰੰਟ ਵੀ ਜਿਹੜਾ ਉਹ ਮੈਦਾਨ ਚਾ ਰਿਹਾ ਚੌਥਾ ਫਰੰਟ ਵੀ ਲੱਗਿਆ ਹੋਇਆ ਹੈ ਕਿ ਅਸੀਂ ਇਹ ਜਿਹੜਾ ਲੋਕਾਂ ਨੂੰ ਆਪਣੇ ਵੱਲ ਕਰਨਾ ਹੈ ਤੁਸੀਂ ਕਿਸੇ ਕੇ ਨਾਲ ਦੇਖਦੇ ਹੋ ਕਿ ਕਿ ਕਾਂਗਰਸ ਦੀ ਅਸਲ ਲੜਾਈ ਕਿਹਦੇ ਨਾਲ ਹੋਣ ਵਾਲੀ ਹੈ 2022 ਦੇ ਵਿੱਚ ਕਿ ਅਕਾਲੀ ਦਲ ਨਾਲ ਹਣੀ ਹੈ ਆਮ ਆਦਮੀ ਪਾਰਟੀ ਦੇ ਨਾਲ ਭਾਜਪਾ ਦੇ ਨਾਲ ਜਾਂ ਚੌਥੇ ਫਰੰਟ ਦੇ ਤੁਸੀਂ ਮੇਰੇ ਨਾਲ ਜਾਦੇ ਰੋਜ਼ ਇੰਟਰਵਿਊ ਲੈਨੇ ਅਕਾਲੀ ਦਲ ਦਾ ਤੁਹਾਨੂੰ ਪਤਾ ਭਾਜਪਾ ਦਾ ਮੈਂ ਦੱਸ ਹੀ ਚੁੱਕਿਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ ਅੱਜ ਪਸਤਾ ਰਹੇ ਆ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਕੋਈ ਗਨ ਮੈਨ ਨਹੀਂ ਲਵਾਵਾਂਗੇ ਅਸੀਂ ਕੋਈ ਪੋਸਟਾਂ ਨਹੀਂ ਲਵਾਵਾਂਗੇ ਉਹ ਸਾਰਿਆਂ ਤੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਸਾਡੇ ਬਰਨਾਲੇ ਇਹਨਾਂ ਨੇ ਇਹਨਾਂ ਦਾ ਐਮਪੀ ਆ ਇਹਨਾਂ ਦਾ ਐਮਐਲਏ ਕਿੱਟ ਨਹੀਂ ਲਾਈ ਇਹਨਾਂ ਨੇ ਅਸੀਂ ਵਿਕਾਸ ਦੀ ਨੇਰੀ ਲਿਆਤੀ ਸੋ ਇਸ ਕਰਕੇ ਮੈਂ ਤੁਹਾਨੂੰ ਜਿਹੜੀ ਵਿਸ਼ਵਾਸ ਨਾਲ ਕਹਿ ਸਕਦਾ ਇਸ ਵੇਲੇ ਕਿ ਲੋਕਾਂ ਨੇ ਮਨ ਬਣਾਇਆ 2022 ਦੇ ਵਿੱਚ ਇਹ ਕਾਂਗਰਸ ਦੀ ਸਰਕਾਰ ਆਏਗੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਏਗੀ ਕਾਂਗਰਸ ਦੀ ਸਰਕਾਰ ਹੀ ਰਿਪੀਟ ਕਰੇਗੀ ਕਿ ਜਿਹੜੇ ਲੋਕਾਂ ਦੇ ਨਾਲ ਖੜਦੀ ਹੈ ਜਿਹੜੇ ਲੋਕਾਂ ਦਾ ਦੁੱਖ ਸੁੱਖ ਸੁਣਦੀ ਹੈ ਉਹ ਲੋਕਾਂ ਦੇ ਨਾਲ ਚੱਲਦੀ ਹੈ ਸੋ ਇਹ ਸੀ ਕਿ ਕੇਵਲ ਸਿੰਘ ਢਿੱਲੋਂ ਜਿਹੜੇ ਕਿ ਦਸਰੇ ਨੇ ਕਿ 2022 ਦੇ ਵਿੱਚ ਵੀ ਇਹਨਾਂ ਨੂੰ ਪੂਰੀ ਉਮੀਦ ਹੈਗੀ ਕਿ ਕੈਪਟਨ ਸਰਕਾਰ ਹੀ ਆਏਗੀ ਲੇਕਿਨ ਜਿਸ ਸੀ ਕੇ ਨਾਲ ਅੱਜ ਭਾਜਪਾ ਨੂੰ ਇੱਕ ਵੱਡਾ ਝਟਕਾ ਜਿਹੜਾ ਬਰਨਾਲੇ ਦੇ ਵਿੱਚ ਲੱਗਿਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਬਰਨਾਲੇ ਤੋਂ ਸ਼ੁਰੂਆਤ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚੋਂ ਇਸੇ ਤਰੀਕੇ ਨਾਲ ਜਿਹੜੀ ਲਹਿਰ ਹੈ ਉਹ ਕਾਂਗਰਸ ਵੱਲ ਹੋਏਗੀ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਕੈਪਟਨ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਹੈਗਾ ਤੇ ਜਿਹੜਾ ਭਾਜਪਾ ਵੱਲੋਂ ਜਿਹੜਾ ਇੱਕ ਕਿਸਾਨ ਵਿਰੋਧੀ ਲਹਿਰ ਉਹਨੇ ਦੇਖਿਆ ਚਲ ਰਹੀ ਹੈ ਉਹਦਾ ਵੀ ਅਸਰ ਅੱਜ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਾਂਗਰਸ ਵੱਲ ਜ਼ਿਆਦਾ ਵੱਧ ਗਿਆ ਚੰਡੀਗੜ੍ਹ ਤੋਂ ਕੈਮਰਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर चौरानवे छह सौ संताली चौरासी तीन सौ ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਦੀ ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰ 8058558838617